ਤਾਂ ਉਸ ਬੱਚੇ ਨੇ ਉਸ ਗਰੀਬ ਇਨਸਾਨ ਤੋਂ ਪੁੱਛਿਆ ਕਿ ਅੰਕਲ ਜੀ ਕੀ ਗੱਲ ਹੈ ਤੁਸੀਂ ਬੜਾ ਹੀ ਖੁਸ਼ ਨਜ਼ਰ ਆ ਰਹੇ ਹੋ ਕਿਤੇ ਤੁਹਾਡੀ ਕੋਈ ਲੋਟਰੀ ਤਾਂ ਨਹੀਂ ਲੱਗ ਗਈ ਤਾਂ ਗਰੀਬ ਇਨਸਾਨ ਬੋਲਿਆ ਮੈਂ ਰੱਬ ਤੋਂ ਦੋ ਰੋਟੀਆਂ ਮੰਗੀਆਂ ਤੇ ਮੇਰੇ ਵਾਹਿਗੁਰੂ ਨੇ ਮੈਨੂੰ ਦੋ ਰੋਟੀਆਂ ਦੇ ਦਿੱਤੀਆਂ ਇਸ ਲਈ ਮੈਂ ਬੜਾ ਹੀ ਖੁਸ਼ ਹਾਂ ਤਾਂ ਬੱਚਾ ਬੋਲਿਆ ਅੰਕਲ ਜੀ ਤੁਸੀਂ ਸਿਰਫ ਦੋ ਰੋਟੀਆਂ ਹੀ ਕਿਉਂ ਮੰਗੀਆਂ ਤਾਂ ਇਹ ਸੁਣ ਕੇ ਗਰੀਬ ਇਨਸਾਨ ਬੋਲਿਆ ਕਾਕੀ ਤੂੰ ਅਜੇ ਬੱਚਾ ਹੈ ਤੂੰ ਅਜੇ ਨਹੀਂ ਸਮਝੇਗਾ ਤਾਂ ਇਹ ਕਹਿ ਕੇ ਗਰੀਬ ਇਨਸਾਨ ਚੱਲ ਪਿਆ ਦੂਜਾ ਨੰਬਰ ਅਮੀਰ ਇਨਸਾਨ ਦਾ ਆਇਆ ਉਹ ਮੇਰੇ ਵਾਹਿਗੁਰੂ ਦੀ ਕਰ ਗਿਆ ਦੋਵੇਂ ਹੱਥ ਜੋੜ ਕੇ ਬੋਲਿਆ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਦੋ ਕੋਠੀਆਂ ਦੇ ਦਿਓ ਤਾਂ ਵਾਹਿਗੁਰੂ ਜੀ ਬੋਲੇ ਤੈਨੂੰ ਸਿਰਫ ਦੋ ਕੋਠੀਆਂ ਹੀ ਕਿਉਂ ਚਾਹੀਦੀਆਂ ਹਨ ਤਾਂ ਇਹ ਸੁਣ ਕੇ ਅਮੀਰ ਇਨਸਾਨ ਬੋਲਿਆ ਵਾਹਿਗੁਰੂ ਜੀ ਮੈਂ ਕੀ ਕਰਾਂ ਮੇਰੇ ਬੱਚੇ ਹੁਣ ਵੱਡੇ ਹੋ ਗਏ ਨੇ ਮੇਰੇ ਬੱਚੇ ਹੁਣ ਮੈਨੂੰ ਕਹਿੰਦੇ ਨੇ ਕਿ ਅਸੀਂ ਹੁਣ ਤੁਹਾਡੇ ਨਾਲ ਨਹੀਂ ਰਹਿਣਾ ਹੁਣ ਅਸੀਂ ਅਲੱਗ ਮਕਾਨਾਂ ਵਿੱਚ ਅਲੱਗ ਕੋਠੀਆਂ ਵਿੱਚ ਰਹਿਣਾ ਹੈ ਇਸ ਲਈ ਵਾਹਿਗੁਰੂ ਜੀ ਤੁਸੀਂ ਮੈਨੂੰ ਦੋ ਕੋਠੀਆਂ ਹੋਰ ਦੇ ਦਿਓ ਤਾਂ ਵਾਹਿਗੁਰੂ ਜੀ ਬੋਲੇ ਮੈਂ ਤੈਨੂੰ ਪਹਿਲਾਂ ਇੱਕ ਕੋਠੀ ਇਸ ਲਈ ਦਿੱਤੀ ਸੀ ਤਾਂ ਕਿ ਤੁਸੀਂ ਸਾਰੇ ਮਿਲ ਜੁਲ ਕੇ ਰਹੋ ਪਰ ਤੂੰ ਹੁਣ ਮੈਨੂੰ ਕਹਿ ਰਿਹਾ ਹੈ ਕਿ ਮੈਨੂੰ ਦੋ ਕੋਠੀਆਂ ਹੋਰ ਦੇ ਦਿਓ ਤਾਂ ਅਮੀਰ ਇਨਸਾਨ ਬੋਲਿਆ ਵਾਹਿਗੁਰੂ ਜੀ ਮੈਂ ਕੀ ਕਰਾਂ ਮੇਰੀ ਬੱਚੀ ਨਹੀਂ ਮੰਨ ਰਹੀ ਤਾਂ ਵਾਹਿਗੁਰੂ ਨੇ ਉਸਦੀ ਮਜਬੂਰੀ ਨੂੰ ਸਮਝ ਕੇ ਉਸਨੂੰ ਦੋ ਕੋਠੀਆਂ ਦੇ ਦਿੱਤੀਆਂ ਉਹ ਬੜੀ ਖੁਸ਼ੀ ਨਾਲ ਵਾਹਿਗੁਰੂ ਦੇ ਘਰ ਤੋਂ ਬਾਹਰ ਆਇਆ ਉਸ ਬੱਚੇ ਨੇ ਉਸ ਅਮੀਰ ਇਨਸਾਨ ਤੋਂ ਪੁੱਛਿਆ ਕਿ ਅੰਕਲ ਜੀ ਕੀ ਗੱਲ ਹੈ ਤੁਸੀਂ ਬੜਾ ਹੀ ਖੁਸ਼ ਨਜ਼ਰ ਆ ਰਹੇ ਹੋ ਕਿਤੇ ਤੁਹਾਡੀ ਕੋਈ ਲੋਟਰੀ ਤਾਂ ਨਹੀਂ ਲੱਗ ਗਈ ਤਾਂ ਅਮੀਰ ਇਨਸਾਨ ਬੋਲਿਆ ਮੈਂ ਰੱਬ ਤੋਂ ਦੋ ਕੋਠੀਆਂ ਮੰਗੀਆਂ ਤੇ ਮੇਰੇ ਵਾਹਿਗੁਰੂ ਨੇ ਮੈਨੂੰ ਦੋ ਕੋਠੀਆਂ ਦੇ ਦਿੱਤੀਆਂ ਇਸ ਲਈ ਮੈਂ ਬੜਾ ਹੀ ਖੁਸ਼ ਹਾਂ ਤਾਂ ਬੱਚਾ ਬੋਲਿਆ ਅੰਕਲ ਜੀ ਤੁਸੀਂ ਸਿਰਫ ਦੋ ਕੋਠੀਆਂ ਹੀ ਕਿਉਂ ਮੰਗੀਆਂ ਤਾਂ ਇਹ ਸੁਣ ਕੇ ਅਮੀਰ ਇਨਸਾਨ ਬੋਲਿਆ ਕਾਕੀ ਤੂੰ ਅਜੇ ਬੱਚਾ ਹੈ ਤੂੰ ਅਜੇ ਨਹੀਂ ਸਮਝੇਗਾ ਇਹ ਕਹਿ ਕੇ ਅਮੀਰ ਇਨਸਾਨ ਵੀ ਚੱਲ ਪਿਆ ਉਹ ਬੱਚਾ ਸੋਚਾਂ ਵਿੱਚ ਪੈ ਗਿਆ ਸੋਚਣ ਲੱਗਾ ਜਦ ਗਰੀਬ ਇਨਸਾਨ ਆਇਆ ਉਹ ਮੈਨੂੰ ਕਹਿੰਦਾ ਕਿ ਕਾਕੀ ਤੂੰ ਅਜੇ ਬੱਚਾ ਹੈ ਤੂੰ ਅਜੇ ਨਹੀਂ ਸਮਝੇਗਾ ਜਦ ਅਮੀਰ ਇਨਸਾਨ ਆਇਆ ਉਹ ਵੀ ਮੈਨੂੰ ਕਹਿੰਦਾ ਕਿ ਕਾਕੀ ਤੂੰ ਤਾਂ ਅਜੇ ਬੱਚਾ ਹੈ ਤੂੰ ਅਜੇ ਨਹੀਂ ਸਮਝੇਗਾ ਮੈਂ ਆਪਣੇ ਸਕੂਲ ਦਾ ਸਭ ਤੋਂ ਹੁਸ਼ਿਆਰ ਬੱਚਾ ਹਰ ਸਬਜੈਕਟ ਦੇ ਵਿੱਚ ਮੈਂ ਗੁੱਡ ਲਿਆਉਣ ਵਾਲਾ ਬੱਚਾ ਜਿਸ ਨੂੰ ਇਹ ਕਹਿੰਦੇ ਨੇ ਕਿ ਕਾਕੀ ਤੂੰ ਤਾਂ ਅਜੇ ਬੱਚਾ ਹੈ ਤੂੰ ਅਜੇ ਨਹੀਂ ਸਮਝੇਗਾ ਇਸ ਦਾ ਮਤਲਬ ਇਹ ਮੇਰੀ ਨਹੀਂ ਮੇਰੇ ਸਕੂਲ ਦੀ ਬੇਇੱਜ਼ਤੀ ਕਰ ਰਹੇ ਨੇ ਤਾਂ ਉਸ ਬੱਚੇ ਨੇ ਆਪਣੇ ਦਿਮਾਗ ਦੀ ਘੋੜੀ ਦੌੜਾਈ ਸੋਚਣ ਲੱਗਾ ਜਦ ਗਰੀਬ ਇਨਸਾਨ ਆਇਆ ਉਹਨੇ ਦੋ ਰੋਟੀਆਂ ਮੰਗੀਆਂ ਅਮੀਰ ਇਨਸਾਨ ਆਇਆ ਉਹਨੇ ਦੋ ਕੋਠੀਆਂ ਮੰਗੀਆਂ ਇਸ ਦਾ ਮਤਲਬ ਸਾਨੂੰ ਜਿਹੜੀ ਵੀ ਚੀਜ਼ ਮੰਗਣੀ ਹੈ ਉਹ ਦੋ ਹੋਣੀ ਚਾਹੀਦੀ ਹੈ ਤੇ ਉਹ ਤਿੰਨ ਅਕਸ਼ਰਾਂ ਦੀ ਹੋਣੀ ਚਾਹੀਦੀ ਹੈ ਜਿਵੇਂ ਰੋਟੀਆਂ ਤੇ ਕੋਠੀਆਂ ਇਸ ਦਾ ਮਤਲਬ ਮੈਂ ਜਿਹੜੀ ਚੀਜ਼ ਮੰਗਾਂਗਾ ਉਹ ਦੋ ਮੰਗਾਂਗਾ ਤੇ ਉਹ ਤਿੰਨ ਅਕਸ਼ਰਾਂ ਦੀ ਹੋਵੇਗੀ ਗੁਰਸਾ ਸਿੰਘ ਜੀ ਜਦ ਉਹ ਬੱਚਾ ਮੇਰੇ ਵਾਹਿਗੁਰੂ ਦੀ ਕਰ ਗਿਆ ਦੋਵੇਂ ਹੱਥ ਜੋੜ ਕੇ ਬੋਲਿਆ ਕਹਿੰਦਾ ਵਾਹਿਗੁਰੂ ਜੀ ਤੁਸੀਂ ਮੈਨੂੰ ਦੋ ਟੋਫੀਆਂ ਦੇ ਦਿਓ ਤਾਂ ਵਾਹਿਗੁਰੂ ਜੀ ਮੁਸਕਰਾ ਪਏ ਤੇ ਬੋਲੇ ਤੈਨੂੰ ਸਿਰਫ ਦੋ ਟੋਫੀਆਂ ਹੀ ਕਿਉਂ ਚਾਹੀਦੀਆਂ ਹਨ ਤਾਂ ਇਹ ਸੁਣ ਕੇ ਬੱਚਾ ਬੋਲਿਆ ਕਿ ਇੱਕ ਮੈਂ ਖੁਦ ਖਾਵਾਂਗਾ ਇੱਕ ਮੈਂ ਤੁਹਾਨੂੰ ਦੇ ਦੇਵਾਂਗਾ ਤਾਂ ਵਾਹਿਗੁਰੂ ਜੀ ਬੋਲੇ ਮੈਂ ਤੈਨੂੰ ਦੋ ਟੋਫੀਆਂ ਦੇ ਨਾਲ ਦੋ ਚੋਕਲੇਟਾਂ ਵੀ ਦੇਵਾਂਗਾ
ਤਾਂ ਉਹ ਬੱਚਾ ਹੋਰ ਖੁਸ਼ ਹੋ ਗਿਆ। ਬੜੀ ਖੁਸ਼ੀ ਨਾਲ ਵਾਹਿਗੁਰੂ ਦੇ ਘਰ ਤੋਂ ਬਾਹਰ ਆਇਆ। ਸਾਰਿਆਂ ਨੇ ਉਹਨੂੰ ਪੁੱਛਿਆ ਕਿ ਕਾਕੇ ਕੀ ਗੱਲ ਹੈ, ਤੂੰ ਬੜਾ ਖੁਸ਼ ਨਜ਼ਰ ਆ ਰਿਹਾ ਹੈ, ਤੇਰੀ ਕਿਤੇ ਕੋਈ ਲੋਟਰੀ ਤਾਂ ਨਹੀਂ ਲੱਗ ਗਈ? ਤਾਂ ਉਹ ਬੱਚਾ ਬੋਲਿਆ, ਮੈਂ ਤੇ ਰੱਬ ਤੋਂ ਦੋ ਟੋਫੀਆਂ ਮੰਗੀਆਂ, ਪਰ ਉਹਨੇ ਤਾਂ ਮੈਨੂੰ ਦੋ ਟੋਫੀਆਂ ਦੇ ਨਾਲ ਦੋ ਚੋਕਲੇਟਾਂ ਵੀ ਦੇ ਦਿੱਤੀਆਂ, ਇਸ ਲਈ ਮੈਂ ਬੜਾ ਹੀ ਖੁਸ਼ ਹਾਂ। ਤਾਂ ਸਾਰਿਆਂ ਨੇ ਉਹਨੂੰ ਪੁੱਛਿਆ ਕਿ ਤੂੰ ਸਿਰਫ ਦੋ ਟੋਫੀਆਂ ਹੀ ਕਿਉਂ ਮੰਗੀਆਂ? ਤਾਂ ਇਹ ਸੁਣ ਕੇ ਬੱਚਾ ਬੋਲਿਆ, ਤੁਸੀਂ ਵੱਡੇ ਹੋ, ਤੁਸੀਂ ਨਹੀਂ ਸਮਝੋਗੇ। ਵੇਖਿਆ ਸਾਧ ਸੰਗਤ ਜੀ, ਗਰੀਬ ਇਨਸਾਨ ਨੇ ਦੋ ਰੋਟੀਆਂ ਮੰਗੀਆਂ, ਅਮੀਰ ਇਨਸਾਨ ਨੇ ਦੋ ਕੋਠੀਆਂ ਮੰਗੀਆਂ, ਉਸ ਬੱਚੇ ਨੇ ਸਿਰਫ ਦੋ ਟੋਫੀਆਂ ਮੰਗੀਆਂ। ਗੁਰਸਾਧ ਸੰਗਤ ਜੀ, ਇਹਨਾਂ ਸਾਰਿਆਂ ਨੇ ਦਾਤਾਂ ਮੰਗੀਆਂ, ਪਰ ਕਿਸੇ ਨੇ ਵੀ ਦਾਤਾਂ ਦੇਣ ਵਾਲੇ ਦਾਤਾਰ ਨੂੰ ਨਹੀਂ ਮੰਗਿਆ। ਗੁਰਸਾਧ ਸੰਗਤ ਜੀ, ਇਹ ਦਾਤਾਂ ਤੇ ਕਦੀ ਨਾ ਕਦੀ ਖਤਮ ਹੋ ਜਾਣਗੀਆਂ, ਪਰ ਦਾਤਾਂ ਦੇਣ ਵਾਲਾ ਦਾਤਾਰ ਸਾਡੀ ਮਰਦੀ ਦਮ ਤੱਕ ਸਾਡੇ ਅੰਗ ਸੰਗ ਸਹਾਈ ਰਵੇਗਾ। ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਆਓ ਸਾਰੇ ਮਿਲ ਕੇ ਪੜੀਏ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਮੰਗਣਾ